ਇਨਾ ਸਿਆਲੇ ਲਿਆਣਾ ਚੁੱਕੜ ਪਾੜਾ ਬਹੁਤ ਲਾਜ਼ਮੀ ਨਹੀਂ ਕਿਉਂਕਿ ਅਗਰ ਤੁਸਾਂ ਦੇਸੀ ਕੜਾਈ ਖਾਉਣੀ ਹੈ ਤਾਂ ਵਾਤੀ ਤੁਹਾਰਾ ਆਪਣਾ ਦੇਸੀ ਕੁਕੜ ਘਰ ਦਾ ਹੋਣਾ ਚਾਹੀਦਾ ਔਰ ਸਭ ਤੋਂ ਜਿਹੜਾ ਮੋਸਟ ਇੰਪੋਰਟੈਂਟ ਚੀਜ਼ ਹਨ ਉਹ ਇਨ ਅੰਡੇ ਕਿਉਂਕਿ ਇਹ ਸਿਆਲੇ ਨਾਲ ਨਜ਼ਰ ਸੁਕਾਮ ਆਮ ਰੂਟੀ ਨਹੀਂ ਲੱਗਦਾ ਤੇ ਆਪਣੇ ਘਰ ਦੇ ਦੇਸੀ ਅੰਡੇ ਵਿੱਚ ਆਪ ਹੋਰ ਵੀ ਚਾਸ ਹੁੰਦੀ ਸਭ ਤੋਂ ਸਵੇਰੇ ਨਾਲ ਖੋਤੀ ਰੇੜੀ ਮੱਥੇ ਲੱਗਦੀ ਪਈ ਕਿਉਂਕਿ ਖੋਤੀ ਰੇੜੀ ਜਿਹੜਾ ਹੈ ਨਾ ਸਾਰੀ ਕੁਲੀ ਕਾਮ ਕਲਚਰ ਹੈ ਆਮ ਰਿਵਾਜ ਕਿ ਜਿਹੜੇ ਅਸਾਂ ਲੋਕ ਹੈ ਨਾ ਖੋਤੀ ਰੇੜੀ ਦਾ ਬਹੁਤ ਜ਼ਿਆਦਾ ਇਸਤੇਮਾਲ ਕਰੇ ਨੇ ਕੁੱਕੇ ਗਰ ਘਾ ਕਪੜਾ ਵਣੇ ਤਾਂ ਖੋਤੀ ਸ਼ਰਮਾਂ ਦਾ ਦੇਖ ਤਾ ਪਿਆ ਬੰਦੋ ਕੋ ਤੂੰ ਇੰਗਲੈਂਡ ਚ ਚਾਹ ਰੋਜ ਖੋਤੀ ਰੇੜ ਤੇ ਬੈਠਾ ਹੁੰਦਾ ਤਾਂ ਖੋਤੀ ਰੇੜੀ ਇਹ ਨਾ ਗੱਲ ਪੇ ਕਰੇ ਨਾ ਕਿ ਖੋਤੀ ਰੇੜੀ ਜਿਹੜੀ ਇਹ ਨਾ ਇਹ ਆਮ ਹੈ ਸਾਰੇ ਕੋ ਕਿਉਂਕਿ ਅਸਾਂ ਘਾ ਇਸ ਤੇ ਕਪੜਾ ਹੈ ਮਿੱਟੀ ਛਿੱਟੀ ਢੋਵਣੀ ਤੇ ਇਸੇ ਤੇ ਢੋਵਣੀ ਹੈ ਬਾਕੀ ਬੋ ਕੋ ਅਸਾਂ ਹਾਲ ਹੀ ਇੱਕ ਆਈ ਕਾ ਖੋਤੀ ਤੇ ਵਹਨੇ ਕਿਉਂਕਿ ਡੀਜ਼ਲ ਮਹਿੰਗਾ ਹੈ ਤੇ ਜਿਹੜਾ ਚੋਰ ਬੈਠਾ ਹੈ ਸਾਹਮਣੇ ਪਤਲਾ ਹੀ ਦਾ ਬੜਾ ਪਿਓ ਹੈ ਨਾ ਉਹ ਖੋਤੀ ਦੀ ਹਾਲ ਵੰਦਾ ਕੋਈ ਇੱਕ ਸ਼ੇਰ ਹੁੰਦਾ ਕੋਈ ਦੂ ਸ਼ੇਰ ਹੁੰਦਾ ਜਾਂ ਤ੍ਰਾਈ ਸ਼ੇਰ ਹੁੰਦਾ ਹੈ ਲ ਇਹਨ 9 ਸ਼ੇਰ ਹੋ 9 ਸ਼ੇਰ ਹੋਵੇ ਤਾਂ ਤਾਂ ਇਹ ਇੱਕ ਬੰਦਾ ਬਣ ਸੀ ਯਾਨੀ ਤਾਂ ਇਹ ਪੂਰਾ 9 ਸ਼ੇਰ ਇਹ ਮਸ਼ਹੂਰ ਸਾਰੇ ਇਲਾਕੇ ਦੇ ਦਲੇਰ ਬੰਦੇ ਤਾਂ ਹੀ ਵਜਾਦਾ ਹੈ ਨਾ ਇਹਦੇ 900 ਕੁਕੜਾ ਤੋਂ ਗੱਲ ਆਈਏ ਤਾਂ ਇਹ ਕੁਕੜੇ ਨੇ ਬਦੀ ਕਿਉਂ ਖੜੀ ਮੈਂ ਪੁੱਛਿਆ ਬਈ ਕੁਕੜੀ ਕਿਉਂ ਬਦੀ ਖੜੀ ਉਹਨਾਂ ਅੱਗੇ ਕੁਕੜੀ ਅੰਡੇ ਨਹੀਂ ਲੈਂਦੀ ਤੇ ਬਈਆਂ ਕੁਕੜੀ ਨੂੰ ਨਾ ਤਾਂ ਘਰੀਂ ਦੇ ਸੋਇਆਂ ਤੇ ਮਨ ਖੜਾ ਅਗਰ ਛੋਟੇ ਮਾਲੀ ਮਨ ਕਈ ਚੀਜ਼ ਪਸੰਦ ਦੇ ਤਾਂ ਸਿਰਫ ਸਫੈਦ ਬੱਕਰੀਆਂ ਇਹ ਰਾਜਨਪੁਰ ਦਾ ਨਾਮ ਤੋਂ ਮਸ਼ਹੂਰ ਹੈ ਤਾਂ ਅਲਹੁਦੁਲ ਮੇਰੇ ਕੋਲ ਚਾਰ ਇਹਨ ਇੱਕ ਵਧੀਆ ਬੱਕਰੀ ਉਸ ਤੋਂ ਬਾਅਦ ਤਰਾਏ ਉਹਦੇ ਫਲਨ ਜਾ ਦੂ ਪਲਾਂ ਥੋੜਾ ਮਸਲਾ ਹੈ ਉਹਦੇ ਨਾ ਸਿੰਘ ਨਿਕਲ ਆ। ਸਿੰਘ ਨਾ ਵਮਨ ਗੋਨੇ ਉਹ ਤਾਂ ਬਹੁਤ ਜ਼ਿਆਦਾ ਪਿਆਰੇ ਲੱਗਦੇ ਨੇ। ਇਹ ਵੀ ਸਿੰਘ ਲੇ ਤੇ ਜਿਹੜੀ ਇਹ ਫਟੋਰੀ ਆ ਨਾ ਇਹ ਸਿੰਘ ਲੀਕਾਂ ਨੇ ਬਹੁਤ ਗੋਨੇ ਦੇ ਕਾਨੇ ਬਹੁਤ ਨਮਰੇ ਬਹੁਤ ਜ਼ਿਆਦਾ ਸੋਹਣੇ ਇਹ ਵੀ ਸਿੰਘ ਲੀ। ਮੇਰਾ ਘਾ ਕੁੱਤੜਾਂ ਦਾ ਘਰ ਪਾ ਕਾਨੀ ਲਕਣ ਆ ਕੋਸ਼ਿਸ਼ ਕਰ ਰਹੇ ਪੈ ਕਿਉਂਕਿ ਇਹਨਾਂ ਸਾਵਾ ਘਾ ਹੈ ਨਾ ਇਹ ਛੋਟਾ ਹੁੰਦੇ ਤਾਂ ਇਹਦਾ ਹੱਥ ਆਉਣ ਦਾ ਵੀ ਬੜਾ ਡਰ ਲੱਗਦਾ ਹੈ। ਤੇ ਅੱਜ ਟ੍ਰਾਈ ਕਰ ਰਹੇ ਪੈ ਕਿਉਂਕਿ ਅੱਜ ਘਾ ਕੁੱਤੜਾਂ ਨਾਲ ਪੈਗੇ ਤੇ ਕੁੱਤਰ ਕਰਕੇ ਦੇਖੂ ਕਿਵੇਂ ਕੁੱਤਰੇ ਦਾ ਲੱਗਦੇ ਨੇ ਪ੍ਰੂ ਮੈਂਟਲ ਹੈ ਕਿ ਨਾ ਡਰ ਲੱਗ ਰਾਂਦਾ ਬਈ ਯਾਰ ਹੱਥ ਨਾ ਬਣੇ ਵਿੱਚ ਕਿਤੇ ਬਾਕੀ ਸਾਰੇ ਕੰਮ ਤਾਂ ਸਿੰਦਰਾ ਸੰਦ ਸਭ ਤੋਂ ਪਹਿਲੇ ਜਿਹੜੀ ਚੀਜ਼ ਹੈ ਨਾ ਉਹ ਨਮਾਜ਼ ਹੈ ਤਾਂ ਇਨਸ਼ਾ ਅੱਲਾਹ ਨਮਾਜ਼ ਪੜਦੇ ਆ ਨਮਾਜ਼ ਪੜਦੋ ਬਾ ਜਿਹੜਾ ਬਾਕੀ ਪਕਾ ਵਲੋਗ ਬਣਾਨੇ ਇਹ ਸਭ ਤੋਂ ਮੁਸ਼ਕਿਲ ਕੰਮ ਡੇਠਾ ਮੈਂ ਆਪਣੀ ਜ਼ਿੰਦਗੀ ਦਾ ਤਾਂ ਉਹ ਇਹ ਹੈ ਕਿ ਜਿਹੜੀ ਲੱਕੜੇ ਲੇਬਰ ਹੈ ਨਾ ਇਹਦਾ ਸਭ ਤੋਂ ਮੁਸ਼ਕਿਲ ਤਰੀਨ ਕੰਮ ਇਸ ਲੇਬਰ ਦਾ ਹੈ ਯਾਰ ਇਹ ਸਭ ਤੋਂ ਪਹਿਲੇ ਖੱਡਾ ਲੈਣ ਨੇ ਖੱਡਾ ਤੋਂ ਬਾਅਦ ਜਿਹੜਾ ਹੁੰਨੇ ਉਹ ਖਾੜੇ ਨਾਲ ਕਪੇਨਨ ਇਸ ਦੇ ਬਾਲ ਇਹਨਾਂ ਛੋਟੇ ਛੋਟੇ ਬਾਲ ਹੀ ਕੰਮ ਕਰਦੇ ਵਦਨ ਸਿਰ ਵੱਡੇ ਬੰਦੇ ਨਹੀਂ ਤਾਂ ਇੱਕ ਪਰਖ ਛੋਰ ਖੜੇ ਸਦੇ ਦੁਮਰ ਕਾ ਨਹੀਂ ਦੀ तकरीबन ਹੋ ਸੀ 15 16 ਸਾਲਾਂ ਦਾ ਤਾਂ ਉਹ ਇਸ ਲਈ ਪਰਲੋ ਤਾਂ ਕੰਮ ਬਹੁਤ ਮੁਸ਼ਕਿਲ ਹੈ ਤਾਂ ਹੁਣ ਪੰਜ ਚਾਰ ਬੰਦੇ ਜਿਹੜੇ ਨੇ ਧੱਕਾ ਖੱਕਾ ਕੋਲਾਈ ਖੜੇ ਲੇਨ ਗਨ ਖਗਲ ਇਹਨਾਂ ਕੋਲ ਲੈ ਢਾਹਦਾ ਨਹੀਂ ਪਿਆ ਦੇ ਦੇ ਇੰਤਜ਼ਾਰ ਕਰੇ ਨੇ ਬਾਕੀ ਵੀਡੀਓ ਬਣਾ ਨੇ ਕਿਤੇ ਕਿੰਨੀ ਦੇਰੀ ਸੇ ਖਗਲ ਢਾਹ ਗਏ ਨੇ ਤਕਰੀਬਾ ਮੇਰੇ ਅੰਦਾਜ਼ੇ ਮੈਂ ਡੈਡ ਲੈਸਨ ਕਿਉਂ ਕਿ ਅੰਦਾਜ਼ਾ ਬਹੁਤ ਜ਼ਿਆਦਾ ਹੁੰਦਾ ਹੈ ਇਹ ਢਾਗਿਆ ਹੋਰਲਾ ਛੋੜਾ ਕੋਹਾੜਾ ਨਹੀਂ ਛੜਿਆ ਅੰਦਰ ਖੜਾਈ ਸੀ ਗੱਲ ਪੈ ਕਰੇ ਨਾਮ ਕੀ ਦੀ ਵਾਲੇ ਉਮਰ ਇਹਦੀ ਕਾਨੀ ਕਿ ਉਹਦਾ ਮਜ਼ਦੂਰੀ ਕਰੇ ਦਾ ਵਤ ਹੈ ਪੜਦਾ ਹਾਈ ਲੇਕਿਨ ਸਕੂਲ ਛੋੜ ਦਿੱਤਾ ਸੋ ਤਾਂ ਚਾਹ ਬੜਾ ਨਾ ਪਟੇ ਮੈਂ ਵੀਡੀਓ ਬਣਾਇਆ ਤਾਂ ਯਾਰ ਮੇਰੀ ਵੀਡੀਓ ਤੋਂ ਬੜਾ ਸ਼ਰਮ ਆਦੇ ਮੈਨੂੰ ਤੇ ਹੁਣ ਗਿਆ ਖੜਾ ਕੁਸ ਨੂੰ ਖੱਗਾ ਨੂੰ ਠਿਕਾ ਲਾਵਣਾ ਲੇਖੇ ਦੇ ਤੇ ਹੁਣ ਖੱਗਲ ਨੂੰ ਢਾਹ ਸੰਗ ਦੇ ਜੰਨੀ ਰਹਾ ਸੰਦੇ ਕਿਉਂਕਿ ਤਲੇ ਜਾਣਾ ਕੱਪ ਕੇ ਬਾਦ ਪਲੇ ਸਟ ਦੇ ਠਿਕਾ ਲੈਨੇ ਕਿਉਂਕਿ ਪਰੂਗਾ ਵੁੜਾ ਪੈਨੇ ਆਦਨ ਘਾਇ ਨਾ ਮੈਨੇ ਤਾਂ ਹਲਦਾ ਖੜੇ ਲੇਕਿਨ ਹਾਲੇ ਖੱਗਲ ਤਲੇ ਆਂਦਾ ਤਰੇ ਕਰ ਦੇਦੇ ਹੁਣ ਇਹ ਚੌਥਾ ਵੀ ਹੈ ਸੜੈਨ ਬੇ ਤੂ ਆ ਵਈ ਇਹ ਵੀ ਦਿਖ ਲੈਂਦਾ ਪਹਿਲੇ ਕਰ ਦੇਦੇ ਹੈ ਉਮੀਦ ਹੈ ਹੁਣ ਲੱਗਾ ਸੀ ਕਿਉਂਕਿ ਬਹੁਤ ਸਾਰਾ ਨਾ ਹੁਣ ਹਲਾਇ ਖੱਗਲ ਤੇ ਲੱਗਦਾ ਇੱਕ ਗੱਲਾਂ ਹੁੰਦਾ ਪੇ ਕਨ ਹਲੇ ਆਇਆ ਨਹੀਂ ਦੇਖਾਂ ਕਿਤਨੀ ਧੇਰ ਹੋ ਰਹੀਨ ਲੱਗਦੀ ਹੈ ਹੁਣ ਉਮੀਦ ਇੱਕ ਗੱਲਾ ਮੈਂ ਉੱਠੀ ਵੇਣ ਤੋ ਤਾ ਲੇਕਿਨ ਮੇਰੇ ਉਤੇ ਨਾ ਲੱਗੇ ਫੱਗਲ ਬਈ ਬਿਲਕੁਲ ਡਹਾ ਗਿਆ ਨੇ ਤਕਰੀਬਨ 10 ਡਿਮਿੰਟ ਦੇ ਵਿੱਚ